ਇਟਲੀ ਦੇ ਮਸ਼ਹੂਰ ਲਗਜ਼ਰੀ ਬ੍ਰਾਂਡਾਂ ਵਿੱਚੋਂ ਇੱਕ ਬੋਟੇਗਾ ਵੇਨੇਟਾ ਇਹਨਾਂ ਦੀ ਨੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਜੁੱਤੀਆਂ, ਚੱਪਲਾਂ, ਬੈਗ ਬਣਾਉਣ ਵਾਲੀ ਇਸ ਕੰਪਨੀ ਨੇ ਹੁਣ ਇੱਕ ਨਵੀਂ ਡਿਜ਼ਾਈਨ ਦਾ ਹਾਰ ਬਣਾਇਆ ਹੈ ਜਿਸ ਦੀ ਕੀਮਤ 1,00,000 ਰੁਪਏ ਰੱਖੀ ਗਈ ਹੈ। ਹਾਰ ਵੇਖਣ ਤੋਂ ਬਾਅਦ ਲੋਕ ਕੀਮਤ ਸੁਣ ਕੇ ਹੈਰਾਨ ਹੋ ਰਹੇ ਨੇ। ਦੱਸ ਦਈਏ ਕਿ ਬੋਟੇਗਾ ਨੇ ਟੈਲੀਫੋਨ ਕਾਰਡ ਨਾਲ ਇੱਕ ਹਾਰ ਬਣਾਇਆ ਹੈ ਜੋ ਉਪਭੋਗਤਾਵਾਂ ਨੂੰ ਪਸੰਦ ਤਾਂ ਨਹੀਂ ਆ ਰਿਹਾ ਪਰ ਇਸ ਦੀ ਕੀਮਤ ਸਭ ਨੂੰ ਹੈਰਾਨ ਕਰ ਰਹੀ ਹੈ ਜੋ 1,00,000 ਰੁਪਏ ਹੈ। ਉਪਭੋਗਤਾ ਹੈਰਾਨ ਹਨ ਕਿ ਇਸ ਦੀ ਕੀਮਤ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਸੀ। ਇੰਟਰਨੈਟ ਤੇ ਹਾਰ ਨੂੰ ਵੇਖਣ ਤੋਂ ਬਾਅਦ ਉਪਭੋਗਤਾ ਇਸ ਦੀ ਆਲੋਚਨਾ ਕਰ ਰਹੇ ਨੇ, ਨਾਲ ਹੀ ਯੂਜ਼ਰਸ ਬੋਟੇਗਾ ਦਾ ਮਜ਼ਾਕ ਵੀ ਉਡਾ ਰਹੇ ਨੇ। ਫੇਮਸ ਇੰਸਟਾਗ੍ਰਾਮ ਪੇਜ ਡਾਇਟ ਪ੍ਰਾਡਾ ਨੇ ਆਪਣੇ ਫੈਸ਼ਨ ਕਲੈਕਸ਼ਨ ਵਿੱਚ ਬੋਟੇਗਾ ਵੇਨੇਟਾ ਦੇ ਹਾਰ ਦੀ ਫੋਟੋ ਸਾਂਝੀ ਕੀਤੀ ਹੈ। ਤਸਵੀਰ ਦਾ ਕੋਲਾਜ ਬਣਾ ਕੇ ਉਸ 'ਚ ਹਾਰ ਵਿੱਚ 3 ਰੰਗਾਂ ਵਿੱਚ ਦਿਖਾਇਆ ਗਿਆ ਹੈ। ਹਾਰ ਚਿੱਟਾ, ਨੀਲਾ ਅਤੇ ਹਰੇ ਰੰਗ ਦਾ ਹੈ। ਡਾਇਟ ਪ੍ਰਾਡਾ ਨੇ ਤਸਵੀਰ ਸ਼ੇਅਰ ਕੀਤੀ ਹੈ ਅਤੇ ਇਸ ਦੀ ਕੀਮਤ ਸਿਰਫ $5 ਯਾਨੀ ਕਿ 362 ਰੁਪਏ ਰੱਖੀ ਗਈ ਹੈ, ਜਦੋਂ ਕਿ ਬੋਟੇਗਾ ਵੇਨੇਟਾ ਨੇ ਇਸ ਹਾਰ ਨੂੰ 1,00,000 ਰੁਪਏ ਵਿੱਚ ਵੇਚਿਆ ਹੈ। ਬਿਊਰੋ ਰਿਪੋਰਟ, ਪੰਜਾਬ 9।